ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਬੱਚਾ ਪਲੱਸ ਟੂ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਉਸ ਤੋਂ ਬਾਅਦ ਵਿਦੇਸ਼ ਵਿੱਚ ਜਾ ਕੇ ਪੜ੍ਹਨਾ ਚਾਹੁੰਦਾ ਹੈ ਜਾਂ ਵਿਦੇਸ਼ ਵਿੱਚ ਆਪਣਾ ਫਿਊਚਰ ਦੇਖਦਾ ਹੈ, ਬਹੁਤ ਸਾਰੀਆਂ ਇੱਦਾਂ ਦੀਆਂ ਕੰਟਰੀਆਂ ਹੈ ਜਿੱਥੇ ਉਹ ਜਾਣ ਦਾ ਡ੍ਰੀਮ ਦੇਖਦਾ ਹੈ। ਬਹੁਤ ਸਾਰੇ ਬੱਚੇ ਇੱਦਾਂ ਦੇ ਨੇ ਜਿਨ੍ਹਾਂ ਨੂੰ ਕੰਟਰੀ ਦੀ ਐਲੀਜੀਬਿਲਟੀ ਦਾ ਪਤਾ ਹੈ ਤੇ ਵੀਜ਼ਾ ਪ੍ਰੋਸੈਸ ਦਾ ਵੀ ਪਤਾ ਹੈ, ਜਿਵੇਂ ਕਿ ਆਸਟ੍ਰੇਲੀਆ ਵਿੱਚ GST ਦਾ ਨਵਾਂ ਰੂਲ ਆਇਆ ਹੈ, ਜਾਂ ਫਿਰ ਕੈਨੇਡਾ ਵਿੱਚ ਅਟੈਸਟੇਸ਼ਨ ਲੈਟਰ, ਜਾਂ ਫਿਰ GIC ਵਿੱਚ ਕਿੰਨੀ ਅਮਾਊਂਟ ਜਾਂਦੀ ਹੈ। ਈਵਨ ਤੁਸੀਂ ਨਿਊਜ਼ੀਲੈਂਡ ਦੀ ਫੰਡਿੰਗ ਬਾਰੇ ਵੀ ਪਤਾ ਹੈ, USA ਦੀ ਡੇਟ ਅਪੁਆਇੰਟਮੈਂਟ ਬਾਰੇ ਵੀ ਪਤਾ ਹੈ। ਇੰਨੀਆਂ ਸਾਰੀਆਂ ਚੀਜ਼ਾਂ ਦੇ ਪਤਾ ਹੋਣ ਦੇ ਬਾਵਜੂਦ ਵੀ ਉਹ ਆਪਣੀ ਫਾਈਲ ਖੁਦ ਲਾਣ ਤੋਂ ਕਤਰਾਉਂਦਾ ਹੈ, ਫਿਰ ਉਹ ਇੱਕ ਏਜੰਟ ਦੀ ਭਾਲ ਕਰਦਾ ਹੈ। ਪਰ ਅੱਜ ਕੱਲ ਤੁਸੀਂ ਦੇਖਿਆ ਹੀ ਹੋਣਾ ਹੈ, ਬਹੁਤ ਸਾਰੇ ਏਜੰਟ ਬੱਚਿਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ, ਉਹਨਾਂ ਦੇ ਰਿਫਿਊਜ਼ਲ ਦਿਲਾਉਂਦੇ ਨੇ, ਉਹਨਾਂ ਨੂੰ ਮਿਸਗਾਈਡ ਕਰਦੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਇੱਕ ਸਹੀ ਇਮੀਗ੍ਰੇਸ਼ਨ ਕੰਸਲਟੈਂਟ ਦੀ ਭਾਲ ਕਰਨੀ ਹੈ, ਜਿਹੜਾ ਕਿ ਤੁਹਾਨੂੰ ਕੱਲਾ ਬਾਹਰ ਨਾ ਪਹੁੰਚਾਵੇ ਬਲਕਿ ਤੁਹਾਡੇ ਫਿਊਚਰ ਦੇ ਪਲਾਨਸ ਦੱਸੇ ਵੀ ਕਿੱਦਾਂ ਉੱਥੇ ਜਾ ਕੇ ਇਸ ਕੋਰਸ ਦੇ ਕੀ ਬੈਨੀਫਿਟਸ ਨੇ, ਇਸ ਨਾਲ ਕਿੱਦਾਂ ਤੁਸੀਂ ਵਰਕ ਪਰਮਿਟ ਤੇ ਆਓਗੇ, ਇਸ ਕਾਲਜ ਦੇ ਕੀ ਬੈਨੀਫਿਟਸ ਨੇ, ਇਸ ਕਾਲਜ ਦੀ ਫੀਸ ਕਿੰਨੀ ਹੈ, ਪਲੱਸ ਤੁਹਾਨੂੰ ਇਹ ਵੀ ਦੱਸਿਆ ਜਾਵੇ ਵੀ ਇਸ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਕਿਹੜੀ ਜੌਬ ਆਪਸ਼ਨਸ ਮਿਲੇਗੀ, ਇਸ ਜੌਬ ਆਪਸ਼ਨ ਲਈ ਤੁਹਾਨੂੰ ਕਿਹੜੀ ਪ੍ਰੋਵਿੰਸ ਚੁਣਨੀ ਚਾਹੀਦੀ ਹੈ, ਤੇ PR ਦਾ ਪਾਥਵੇ ਵੀ ਤੁਹਾਨੂੰ ਸਹੀ ਤਰੀਕੇ ਨਾਲ ਦੱਸ ਸਕੇ। ਸੋ PR ਤੋਂ ਬਾਅਦ ਇੱਕ ਹੋਰ ਚੀਜ਼ ਆਉਂਦੀ ਹੈ, ਇਹ ਸਾਰੇ ਪੁਆਇੰਟਸ ਦੇ ਨਾਲ ਮੈਂ ਤੁਹਾਨੂੰ ਇਹੀ ਦੱਸ ਸਕਦਾ ਹਾਂ ਵੀ ਤੁਸੀਂ ਸਹੀ ਇਮੀਗ੍ਰੇਸ਼ਨ ਕੰਸਲਟੈਂਟ ਦੀ ਭਾਲ ਕਿਵੇਂ ਕਰਨੀ ਹੈ। ਤੁਸੀਂ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਚੂਜ਼ ਕਰਦੇ ਹੋ, ਸਭ ਤੋਂ ਪਹਿਲਾਂ ਉਸ ਕੋਲੇ ਇਮੀਗ੍ਰੇਸ਼ਨ ਯਾਨੀ ਕਿ ਪੰਜਾਬ, ਹਰਿਆਣਾ ਜਾਂ ਇੰਡੀਆ ਗੌਰਮੈਂਟ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ, ਜੋ ਕਿ ਅੱਜ ਦੀ ਡੇਟ ਵਿੱਚ ਮੈਂਡੇਟਰੀ ਹੈ। ਦੂਸਰੀ ਚੀਜ਼ ਹੈ, ਤੁਸੀਂ ਉਸ ਦਾ ਪਿਛਲਾ ਰਿਕਾਰਡ ਚੈੱਕ ਕਰੋ ਵੀ ਉਸ ਨੇ ਕਿੰਨੇ ਕੁ ਵੀਜ਼ੇ ਲਗਵਾਏ ਨੇ, ਕਿੱਦਾਂ ਦੇ ਵੀਜ਼ੇ ਲਗਵਾਏ ਨੇ। ਈਵਨ ਉਸ ਦਾ ਸੋਸ਼ਲ ਮੀਡੀਆ ਪੇਜ, ਫੇਸਬੁੱਕ, ਇੰਸਟਾਗ੍ਰਾਮ ਜਾਂ ਯੂਟਿਊਬ ਵੀ ਚੈੱਕ ਕਰੋ ਵੀ ਕਿੱਦਾਂ ਦੇ ਫੀਡਬੈਕ ਉਸ ਪੇਜ ਤੇ ਪਾਏ ਗਏ ਨੇ ਸਟੂਡੈਂਟ ਵੱਲੋਂ ਜਾਂ ਫਿਰ ਵਰਕ ਪਰਮਿਟ ਵਾਲੇ ਕਲਾਇੰਟਸ ਵੱਲੋਂ, ਕਿੱਦਾਂ ਦੇ ਗੂਗਲ ਰਿਵਿਊ ਨੇ। ਸੋ ਇੱਦਾਂ ਦੀਆਂ ਚੀਜ਼ਾਂ ਤੁਸੀਂ ਚੈੱਕ ਕਰਨੀਆਂ ਹੈ ਤਾਂ ਕਿ ਤੁਹਾਡਾ ਜੋ ਬਾਹਰ ਜਾਣ ਦਾ ਡ੍ਰੀਮ ਹੈ ਉਹ ਪੂਰਾ ਹੋ ਸਕੇ, ਉਸ ਤੋਂ ਬਾਅਦ ਵੀ ਤੁਸੀਂ ਉਸ ਇਮੀਗ੍ਰੇਸ਼ਨ ਕੰਸਲਟੈਂਟ ਦਾ ਸਾਥ ਨਿਭਾਵੋ। ਤੁਸੀਂ ਸਾਡੀ ਐਕਸਪਰਟ ਟੀਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਓਮ ਗਲੋਬਲ ਦੇ ਕਿਸੇ ਵੀ ਆਫਿਸ ਵਿੱਚ ਵਿਜ਼ਿਟ ਕਰ ਸਕਦੇ ਹੋ, ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਆਫਿਸ ਵਿੱਚ ਵਿਜ਼ਿਟ ਕਰੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਨੀਚੇ ਦਿੱਤੇ ਨੰਬਰਾਂ 'ਤੇ।